ਆਪਾਂ ਰਾਤ ਨੂੰ 3-4 ਪੈਕ ਦੇਸੀ ਦੇ ਲਾ ਕੇ ਤਾਂ ਕਿਤੇ ਜਾ ਕੇ ਆਪਾਂ ਨੂੰ ਨੀਂਦ ਆਉਂਦੀ ਹੈ, ਫੇਰ ਨਾ ਕਿ ਦੱਸਿਆ ਨਹੀਂ। ਕੋਈ ਨਹੀਂ, ਇੱਧਰ ਵੀ ਵੋੜਕਾ ਹੀ ਚੱਲਦੀ ਆ। ਨਾਲੇ ਕੁੱਕੜ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਮੈਂ। ਲੌਬਸਟਰ ਟ੍ਰਾਈ ਕੀਤਾ, ਕੇਕੜਾ ਖਾਦਾ ਉਹ। ਮੈਨੂੰ ਨਾ ਮੱਛੀ ਬੜੀ ਸਵਾਦ ਲੱਗਦੀ ਆ। ਨਾਲੇ ਆ ਸੂਟ ਜੇ ਨਹੀਂ ਵਧੀਆ ਲੱਗਦੇ ਮੈਨੂੰ, ਜੀਨਾਂ ਪਾਉਣੀਆਂ ਪਿਆ ਕਰਨੀਆਂ। ਆ ਕੌਣ ਪਾਊਗਾ, ਮੈਂ ਤੇ ਬਸ ਨਿੱਕਰਾਂ ਹੀ ਪਾਉਂਗੀ। ਲੈ ਆ ਗਿਆ ਤੇਰਾ ਨੋਡੀ ਖਾਂ। ਆ ਗਿਆ, ਬੜਾ ਚਿਰ ਲਾਤਾ। ਕਿਵੇਂ ਆ ਪੁੱਤ, ਸਾਡੀ ਨੂੰਹ ਰਾਣੀ ਸ਼ਰਾਬਾਂ ਪੀਂਦੀ ਅਗਲੀ ਸਵੇਰੇ ਸ਼ਾਮੀ। ਫਿਰ ਕੀ ਹੋਇਆ, ਇਹਦੀ ਬੇਬੇ ਫੀਮ ਖਾਂਦੀ ਸੀ ਬੁੜੀ, ਸਾਨੂੰ ਕੀ ਕਹਿੰਦੀ ਜਵਾਗੜੀ। ਬੇਬੇ ਏਡੇ ਏਡੇ ਕੋਈ ਕੱਪੜੇ ਪਾਉਂਦੀ ਨਹੀਂ, ਇਦੋਂ ਵੱਡੇ ਨਹੀਂ ਪਾਉਂਦੀ ਬੇਬੇ, ਸੌਂ ਲੱਗੇ। ਨਾਲੇ ਕਹਿੰਦੀ ਮੈਂ ਨਹੀਂ ਸੂਟ ਸਾਟ ਪਾਉਣੇ, ਮੈਨੂੰ ਗਰਮੀ ਲੱਗਦੀ ਸੂਟਾਂ 'ਚ। ਆ ਤੁਸੀਂ ਦੋਨਾਂ ਨੇ ਤਾਂ ਪਾਏ ਆ, ਤੁਹਾਨੂੰ ਕਿਹੜਾ ਗਰਮੀ ਲੱਗਦੀ ਭਲਾ। ਸਾਡੀ ਗੱਲ ਛੱਡ ਪੁੱਤ, ਜਮਾਨੇ ਨਾਲ ਤੁਰਨਾ ਹੀ ਪੈਂਦਾ। ਫਿਰ ਕੀ ਹੋਇਆ, ਪਿੰਡ ਵਾਲਾਂ ਦਾ ਜੀ ਲਾਈ ਰੱਖੂਗੀ। ਬੇਬੇ ਸ਼ਰਮ ਕਰ ਲਾ ਮਾੜੀ ਮੋਟੀ, ਓਏ ਬਾਪੂ ਸਾਰਾ ਦਿਨ ਡੁੰਨ ਵੱਟਾ ਬਣਿਆ ਰਹਿੰਦਾ, ਕਦੇ ਕੁਛ ਕਹਿ ਲਿਆ ਕਰ। ਰੋਟੀ ਖਾ ਲਾ ਕੇ। ਮੈਂ ਨਹੀਂ ਖਾਣੀ, ਖੇ ਸਵਾ ਖਾ ਕੇ ਆਇਆ ਹੁਣ, ਸਾਨੂੰ ਚਾਰਦਾ। ਮੈਂ ਤਾਂ ਇਹਦੇ ਪੋਤੜੇ ਧੋਣੀ ਰਹੀ ਹਾਂ। ਭੋਲੇ ਓਏ ਭੋਲੇ, ਓਏ ਕੁੜੀ ਕਾਹਦੀ ਹੈ ਵੀਰੇ, ਬੰਬ ਹੈ ਬੰਬ ਨਿਰਾ ਪਟਾਕਾ, ਪੂਰੀਆਂ 35 ਪੜੀ ਹੈ, ਨਾਲੇ ਚੰਡੀਗੜ੍ਹ ਰਹਿੰਦੀ ਰਹੀ ਹੈ ਇੰਡੀਪੈਂਡੈਂਟ ਫਲੈਟ 'ਚ, ਜਿੱਥੇ ਚਾਹੇ ਦੀ ਅੱਧੀ ਰਾਤ ਆਈ ਜਾਓ, ਕੋਈ ਚੱਕਰ ਨਹੀਂ ਹੈ, ਪੂਰਾ ਮੁੱਲ ਮੋੜਿਆ ਆਪਣੇ ਕੋਲ ਕਰਦਿਆਂ ਦੇ ਪੈਸੇ ਦਾ। ਆਹੋ ਆਪਾਂ ਤਾਂ ਪਟਵਾਰੀ ਲੱਗੇ ਬੈਠਿਆ ਨਾ, ਬਹੁਤ ਤਨਖਾਹਾਂ ਭੇਜਦੇ ਆ ਘਰਦਿਆਂ ਨੂੰ। ਭੋਲੇ ਤੈਨੂੰ ਤਾਂ ਚੱਕਣੀਆਂ ਪਸੰਦ ਵੀ ਬਾਹਲੀਆਂ ਨੇ, ਓਏ ਤੂੰ ਚਲਾ ਕੇ ਦੇਖਾਂ ਚੱਕਾ, ਸ਼ਾਇਦ ਬਣ ਜੇ ਗੱਲ। ਅੱਛਾ ਇਹੋ ਜਿਹਾ ਚੱਕਰ ਨਹੀਂ ਆ, ਸੋਹਣੀ ਬਹੁਤ ਹੈ। ਤੂੰ ਐਂ ਕਰ, ਮੈਨੂੰ ਕੋਠੇ ਤੋਂ ਧੱਕਾ ਹੀ ਦੇ ਦੇ ਥੱਲੇ, ਥੱਲੇ ਜਾਂਦਾ ਤਾਂ ਤੇਰੀ ਦਾਦੀ ਗੱਲ ਗੱਲ ਤੇ ਪਿਸਤੌਲ ਕੱਢ ਲੈਂਦੀ ਹੈ, ਇਹੋ ਜਿਹੀ ਉਹ ਹੋਣੀ। ਤੂੰ ਤਾਂ ਆਪਦੇ ਦਾਦੇ ਵਰਗਾ ਹਾਲ ਕਰਨਾ ਚਾਹੁੰਦਾ ਮੇਰਾ, ਉਹ ਪਾਈਆ ਕਿਦਾਂ ਰਹਿ ਗਿਆ ਤੇਰਾ ਦਾਦਾ ਤੇਰੀ ਦਾਦੀ ਦੀਆਂ ਝਿੜਕਾਂ ਖਾ ਖਾ ਕੇ। ਮੈਨੂੰ ਤਾਂ ਪੂਰਾ ਯਕੀਨ ਹੈ ਤੇਰੀ ਦਾਦੀ ਵੀ ਇਹਦੇ ਨਾਲ ਦੀ ਹੋਣੀ ਜਵਾਨੀ ਵੇਲੇ। ਬਸ ਸਾਲੀ ਆਹੀ ਯਾਰੀ ਸੀ, ਇੰਨਾ ਕੁ ਵੀ ਨਹੀਂ ਕਰ ਸਕਦਾ ਭਰਾ ਦੇ ਪਿਆਰ ਲਈ। ਟੱਟੂ ਦਾ ਪਿਆਰ ਹੈ ਇਹ, ਅਖੇ ਕੱਟੇ ਦਾ ਬਲਦ ਬਣੋਈਆ, ਉਹ ਤਾਂ ਤੈਨੂੰ ਕਰਦੀ ਨਹੀਂ, ਤੂੰ ਹੀ ਆਪਦੀਆਂ ਫੀਲਿੰਗਾਂ ਲਈ ਫਿਰਦਾ ਉਹਦੇ ਨਾਲ। ਯਾਰ ਮੈਂ ਤਾਂ ਕਰਦਾ ਯਾਰ, ਪਿਆਰ ਤਾਂ ਮੈਂ ਵੀ ਨੀਰੂ ਬਾਜਵਾ ਨੂੰ ਬਹੁਤ ਕਰਦਾ, ਪਰ ਸਵਾਦ ਤਾਂ ਜੇ ਨੀਰੂ ਬਾਜਵਾ ਵੀ ਕਰੇ ਮੈਨੂੰ। ਗੱਲ ਤਾਂ ਤੇਰੀ ਠੀਕ ਹੈ, ਪਹਿਲਾਂ ਮਨਰਾਜ ਤੇ ਮੱਥਾ ਮਾਰ ਲਈ, ਵੱਡੀ ਛੁੱਟ ਤੋਂ ਬਾਅਦ ਚਾਪੇ ਕਰ ਲਾਂਗੇ। ਬੇਬੇ ਬੇਬੇ, ਤੂੰ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੀ ਰਹੀ ਹੈ? ਕਿਉਂ? ਰਾਤ ਨਾ ਮੈਂ ਇੱਕ ਫਿਲਮ ਦੇਖੀ ਸੀ, ਉਹਦੇ ਵਿੱਚ ਇੱਕ ਖੜੂਸ ਜੀ ਬੁੜੀ ਸੀ ਗੁਲਾਬੋ ਮਾਸੀ ਬਣੀ ਹੋਈ, ਜੋ ਵੀ ਬੇਬੇ ਤੇਰੇ ਵਰਗੀ। ਬੇ ਤੈਨੂੰ ਮੈਂ ਫਿਲਮਾਂ ਦੇਖਣ ਵਾਸਤੇ ਰੱਖਿਆ? ਬੇਬੇ ਜਰਾ ਹੋ, ਬੇਬੇ ਜਰਾ ਆਇਆ। ਹਾਂਜੀ ਬੀਬੀ। ਹਾਂਜੀ ਦਾ ਲੱਗਦਿਆ ਉਹ ਤੇਰਾ ਪਿਓ ਗਿਆ ਤੇਰੀ ਮਾਂ ਮਗਰ। ਓ ਪਰ ਬੀਬੀ ਪਿਓ ਤਾਂ ਆ ਬੈਠਾ। ਹਟੇ ਹੁਣ ਤੇਰੇ ਜਾਣਦਿਆਂ ਦੀ। ਤੈਨੂੰ ਪਤਾ ਵੀ ਕਿੱਥੇ ਗਏ ਨੇ? ਮੈਥੋਂ ਕਿਹੜਾ ਬੀਜਾ ਲਵਾ ਕੇ ਗਿਆ? ਤੈਨੂੰ ਸਭ ਪਤਾ ਹੈ, ਤੂੰ 100 ਕੁੱਤਿਆਂ ਦਾ ਕੁੱਤਾ ਹੈ। ਮੈਂ ਤੇਰੇ ਮੂਹਰੇ ਹੱਥ ਜੋੜਦੀ ਆ, ਇਹ ਰਿਸ਼ਤਾ ਸਿਰੇ ਚੜਾ ਦੇ, ਨਹੀਂ ਤਾਂ ਪਹਿਲੀ ਗੋਲੀ ਮਾਰੂ ਮੈਂ ਤੇਰੀ ਬੁੜਬੁੜੀ 'ਚ, ਦੂਜੀ ਮਾਰੂ ਮੈਂ ਆਪਦੇ। ਮੇਰਾ ਨਾਂ ਦਲੀਪ ਕੌਰ ਹੈ, ਮੈਂ ਨੱਕ ਵਢਾ ਕੇ ਨਹੀਂ ਜਿਉ ਸਕਦੀ। ਮੁੰਡਿਆਂ ਨੂੰ ਜਮਾ ਸ਼ਰਮ ਨਹੀਂ, ਕੁੜੀਆਂ ਦੇ ਮਗਰ ਭੱਜੇ ਹੀ ਭੱਜੇ ਫਿਰਦੇ ਨੇ। ਆਕੜ ਵੀ ਫੜਾ ਮੈਨੂੰ, ਮੈਨੂੰ ਉਠਾਈ ਜ਼ਰਾ, ਕਿਤੇ ਤੈਨੂੰ ਮੈਂ ਗੋਦੀ ਦਾ ਚੱਕ ਲਾਂ। ਆਪੇ ਖੜਾ ਹੋ ਜਾ, ਬੂਹ ਮੈਂ ਭਰ ਜਾ, ਕੱਟਾ ਚੁੰਘੀ ਜਾਂਦਾ। ਕੁਝ ਨਹੀਂ ਪੁੱਤ। ਹਾਂ ਹੌਸਲਾ ਰੱਖ ਪੁੱਤ, ਰੱਬ ਦੇ ਲਿਖੇ ਨੂੰ ਕੌਣ ਟਾਲ ਸਕਦਾ, ਹੁਣ ਆਹੀ ਆ ਜੋ ਉਹਨੇ ਲਿਖਿਆ। ਚਾਚੇ ਨੂੰ ਕੀ ਹੋ ਗਿਆ? ਜੀ ਆਇਆਂ ਨੂੰ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ।
ससरीकाल भाई, ओ लियाओ भी कोई चाह पानी करा, प्रौणा आया अपना। नहीं जी बस मैं तां कॉलेज चलिया सी, मैं सोचिया मैं राज नूं वी नाल ही लै चलां, बेचारी गली किथे बसां ही धक्के खाऊगी। ताया जी मैं बस ते ही ठीक हां। ओ पुत बस नूं की है, अपना ही मुंडा है, केड़ा उपर है, हैं जवाई है अपना। हां जी नाले तुहानूं तां पता ही है जी अजकल दी मंडीर दा, एवें कुड़ियां नूं वेख के पिछे पै जांदे आ। आ जाओ जे लेट हो गए तां क्लास मिस हो जूगी। हाँ हाँ मनराज बैठ पुत। हाँ हाँ ठीक तो कह रहे जीजा जी, जा मनराज चली जा तू। हाँ हूं भी तो बैठी हाँ, ना चिट्टा ना काला कोई वैल नहीं पता, कला कह रहा मुंडा मापिया का, ना कोई दराणी ना जठाणी, अरे पांच सत कुड़ियां पक्का गोड्या सिर दे घरों दिया, उन्हें भी मैं तेरे पिछे हाँ। यार दस कमी की है मेरे च। होन वाला जीजा तू मेरा होन, बाली फालतू गल करन दी लोड़ नहीं है। ला मैं इड्डा सोल लंगा, मैं ना तेरी भैन ना व्याह करावा अज ते ना करावा कल, मैं वेख लूंगा जो हुंदा तुहाडे तो कर लियो, ते नाले दाज लई तंग करांगे लहदा, नाले तीजे दिन झोला चक के तोरूंगा मैं, ला लियो हिसाब, सारे टब्बर नूं टिंडी वाले भी ते ना ना चाड़ता, मैनू भी फिर तुसीं निक्का ना कहो। मोटरसाइकिल रोक, मैं कहनी रोक मोटरसाइकिल। तू की समझदा अपने आप नू, साड़ी कोई इज्जत नहीं हैगी, मेरी भैन सिदरी तू बाला सियाणा है। मैं मजाक करदा सी यार। तेनू पंडित ने कहा सी मेरे घर रिश्ता लेके आउण लई। बोला पंडितां दा मंडा ही वैसे, उहने दित्ती स्कीम। ज्यादा ड्रामा नहीं, हर चीज ना मजाक नहीं हुंदी, जे तू रिश्ता तोड़ देगा मेरी भैन की सोचूगी, नाले पिंड च की इज्जत रह जूगी साड़ी। मैं ना हाथ जोड़ दिया तेरे अगे, एदां दी गलती ना करी प्लीज, नाले हर चीज तेरी मर्जी ना नहीं होगी हुण। तू तो पतंदरा फिर जमी को गचत कराया है। मैं लगता तू दुनिया का पहला आशक होवेगा जिहड़ा अपनी मशूक की भैन नाल व्याह कराऊगा। हुण तां तू अमृता विरक वांगू गीत गाउंदा फिरी, ओ मशूक मेरी साली बनेगी। नहीं चल स्वाद गंजरा, मैं बर्फ च लग्या पिया यार, नहीं ढंग नाल गल करनी आउंदी, मैं की करां यार, प्यार तां सच्चा करदा कि नहीं। मैं करौणी आ थोड़ा सच्चा प्यार, प्यार ही जांदा मेरे प्यो दे कुछ लगदे हो। भाई जो गब्बर सिंह आ गया, की लक्षण करदे फिरदे ने। ਵਾਹਿਗੁਰੂ ਨਾ ਹੁਣ ਤੂੰ ਕਿਧਰ ਤੁਰ ਪਿਆ? ਪੰਜਾਬ ਕਰਨ ਚੱਲਿਆ ਸੀ। ਸੂਰਜ ਖੜੇ ਨਹੀਂ ਜਾਇਆ ਜਾਂਦਾ ਤੇਰੇ ਤੋਂ, ਜੇ ਠੋਕਰ ਖਾ ਕੇ ਡਿੱਗ ਪਿਆ ਮੈਂ ਉਹ ਕਬੂਤਰ ਨੂੰ ਸਾਂਭੂਗੀ ਕਿ ਤੇਰਾ ਟਕੋਰਾ ਕਰਦੀ ਫਿਰੂੰਗੀ ਸਾਹਿਬ ਕਰਕੇ। ਇੱਕ ਤਪਾਉਣ ਵਾਲਾ ਮਰਿਆ ਨੀ, ਦੂਜਾ ਜਵਾਕ ਖੜਾ ਹੋ ਗਿਆ, ਮਾਰ ਲਈ ਵੀ ਇਹਨਾਂ ਨੇ। ओ फुफड़ा किवें छटू? ठीक हां। भुआ किथे तेरी ओए? तेरे वाली दा घरे सुत्ती पई आ। छोटी किथे? कॉलेज गई हुई आ। घरे ने दसो चंगा, चॉकलेट दूंगा आके। फुफड़ दे लक्षण ठीक नहीं लगदे मैनू। चल मनराज बस आ गई। एक मिनट। चलो भाई शेर पर रोने की सवारी ना बैठी रह जावे कोई। पता काली बड़ी रहती है यार। चल भाई चल तोर ला गाड़ी। ਮਨਰਾਜ ਗੱਲ ਤਾਂ ਸੁਣ ਲੈ, ਤੇਰੀ ਗੱਲਾਂ ਚ ਨਹੀਂ ਆਉਣ ਵਾਲੀ, ਮੈਂ ਅੱਜ ਦੀ ਕੁੜੀ ਆ। ਯਾਰ ਮੈਂ ਕਿਹੜਾ ਸਿੰਧੂ ਘਾਟੀ ਵੇਲੇ ਦਾ, ਮੈਂ ਵੀ ਤਾਂ ਅੱਜ ਦਾ ਹੀ ਆ।
साली बन के सुन ला, घड़ी ते वेख के एको मिनट बस। आज कंप्यूटर की क्लास च बहुत बोर मैं भी यार। अच्छा हाँ सच, पहन दे सूट पढ़ने बाजारों, आप फिर चल दे। हाँ कोई रिक्शा की पाई। चल बैठ। खिचते भ्रमण के पजाला। ओ तू रिक्शा रोक, मैं पैसे नहीं देने। सरदारा दब्बी रख, पैसे देने मर्जी वीरा बन के। तू रिक्शा रोक यार, एक बार गलत सुन ले प्लीज। प्लीज उतर जा, क्यों जुलूस कढ़ा रहे हैं, कोई देख लूगा। सोहनी जोड़ी कौन नहीं देखता, ओए आपां जचदी वाले हां, नाले तू लोकां तो फड़ी लेनी है। कमलिया इन्ना सुनखा मुंडा तेरे नाल बैठा है, होरां निगाह ओहदे ते वी मार ला। यार मेरा तरीका गलत हो सकदा है, पर प्यार तां सच्चा करदा ना मैं। मैनूं पता तेरे घर रिश्ता नहीं सी भेजना चाहिए, पहलां तैनूं मनाउणा चाहिदा सी। जटा ने तो ये ही जाना होंगे, ये ही मर जाने। कोई ना गुलाबा वागू कंडे नहीं ना होंगे, ना कंड होंगी माड़ी माड़ी। पढ़ ला यार प्लीज। चल जे नहीं रखने घर जाके आटे भाली बन गई गल भी, रोक दे गड्डी नहीं रिक्शा। मैं भी सरदारा रोक दे। ध्यान रखी नहीं सच, गुस्से रह भावे राजी रह, लैनिया तेरे नाल लावा ही हाँ, रीब निकटा इतों। चल जा की कर दी है। कुछ नहीं। नहीं सिरे तेन सच्ची मुंडा पसंद नहीं है। पसंद की गल नहीं है, ऐ थोड़ी विआह हुंदे, घर दे तां अपने हिसाब नाल लगे हुए है। कोई मुंडा होवे अपनी बुलेट ते तुहाडे अगे पिछे गेड़ी मारे, चक्कर कट्टे, पांच सात मुंडिया ना लड़े, जिदे वास्ते तुहाडे तो बाद कुछ ना होवे, तुहानू प्यार करे, घरदिया दी मनो ना तो हमेशा थले ही लग के रहना पऊगा। दाल लिया, रोटी लिया, ऐ जिंदगी रह जाती। रोटी बना दे हुण। चल चलने, मैं आनी। हेलो मनराज बोलती है। कौन मनराज? मनराज। हाँ जी हाँ जी। गल करनी है तेरे नाल, मिल सकता? आ गया, पांच मिनट आ गया। ले पोले पानी पिलाओ। हट जाओ, तेरी जाग तेरी थोड़ी बुढ़ी नहीं टिकन दी, सुता पैनी तू खड़ जा। आ सब ठीक नहीं है यार, जो हो रहा है बड़ा बढ़िया हो रहा है यार। तू आप सोच, तेरी भैन ना विआह किवें करा ला मैं? फिर हुण तो तेनू ही पता है। नाले यार जे कोई तू हाथ पल्ला फड़ावे तेरे घर दा, तो मैं आपे मना लेना। नाले तेरे घर दा इंप्रेसिव आ तो मेरे तो। अच्छा एक गल दस, एहो जिहा मेरे च की देखिया जो इन्ने सालां तक किसी होर कुड़ी च नहीं देखिया तू? जदों मैं निक्का जिहा हुंदा सी ना, मेरी बेबे ने मेरियां भैणां नूं नरमे दी छटी दे लीरां बन्न के गुड्डी बना के दित्ती सी।
ਉੱਤੇ ਨਾ ਸੂਈ ਧਾਗੇ ਨਾਲ ਤੋਪੇ ਲਾ ਕੇ ਉਹਦੇ ਨੱਕ ਬੁੱਲ ਬਣਾਏ ਸੀ। ਪਲਾਸਟਿਕ ਦੀਆਂ ਗੁੱਡੀਆਂ ਨਾਲੋਂ ਕਿਤੇ ਜ਼ਿਆਦਾ ਸੋਹਣੀ ਸੀ ਉਹ, ਅਤੇ ਮੇਰੀਆਂ ਭੈਣਾਂ ਮੇਰਾ ਉਹਦੇ ਨਾਲ ਵਿਆਹ ਕਰ ਦਿੰਦੀਆਂ ਸੀ। ਅਤੇ ਤੂੰ ਨਾ ਮੇਰੀ ਬੇਬੇ ਦੀ ਉਹ ਗੁੱਡੀ ਵਰਗੀ ਆ। ਵਿਆਹ ਤੋਂ ਬਾਅਦ ਆਪਾਂ ਘੁੰਮਣ ਜਾਵਾਂਗੇ? ਕੋਈ ਨਾ, ਮੈਂ ਮਨਾ ਲੂੰਗਾ ਬੇਬੇ ਨੂੰ। ਜਵਾਕਾਂ ਦੇ ਨਾਂ ਵੀ ਮੈਂ ਹੀ ਰੱਖੂੰਗੀ। ਪੱਕੇ ਤੂੰ ਰੱਖ ਲਈ, ਕੱਚੇ ਮੈਂ ਰੱਖੂੰਗਾ। ਅੱਛਾ ਚੱਲ ਠੀਕ ਹੈ, ਮੇਰੇ ਕਾਲਜ ਦਾ ਟਾਈਮ ਹੋ ਗਿਆ, ਮੈਂ ਚੱਲਦੀ ਹਾਂ। ਉਹ ਇੱਕ ਤਾਂ ਕਾਲੀ ਬਾਲੀ ਆਈ ਯਾਰ। ਓਏ ਹਾਂ ਤਾਂ ਕਰਦੇ ਯਾਰ। ਜਵਾਕਾਂ ਦੇ ਨਾਂ ਤਾਂ ਗੱਲ ਆ ਗਈ, ਹਲੇ ਵੀ ਹਾਂ ਦੀ ਲੋੜ ਆ? ਉਹ ਤਾਂ ਬੜਾ ਸਿਆਣਾ ਬਣਦਾ ਤੂੰ। ਮਜ਼ਾਕ ਤਾਂ ਨਹੀਂ ਕਰਦੀ ਯਾਰ, ਮੈਨੂੰ ਯਕੀਨ ਨਹੀਂ ਹੋ ਰਿਹਾ। ਗੁਲਸ਼ੇਰ ਸਿੰਘ ਕੈਨੇਡਾ ਤੋਂ ਆਪਣੇ ਕਾਕੇ ਵਾਸਤੇ ਮਨਰਾਜ ਦੇ ਲਈ ਰਿਸ਼ਤਾ ਲੈ ਕੇ ਆਏ ਆ। ਭਾਬੀ ਐਵੇਂ ਕਿਵੇਂ? ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹਾਂ, ਮੈਂ ਨਹੀਂ ਮਿਲਣਾ ਕਿਸੇ ਮੁੰਡੇ ਨੂੰ। ਮਨਰਾਜ ਜਾਓ, ਮਨਰਾਜ ਨੂੰ ਤਿਆਰ ਕਰਕੇ ਲੈ ਕੇ ਆਓ। ਗੱਲ ਸੁਣੋ ਜੀ, ਮਨਰਾਜ ਕਹਿੰਦੀ ਉਹਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ। ਫੁੱਫੜਾ, ਪਾਪਾ ਬੁਲਾਉਂਦੇ ਆ। ਰੱਖ,
रखे थे एक लड़ान दे चल उधर। हाँ जी भाई चीजा जी हुन साडी इज्जत तुहाडी इज्जत है हुन तुहाडे तो कादा लुको है अपनी मनराज दा चक्कर है किसी मुंडे नाल आपां टोटे टोटे कर देने उस वड्डे मिर्जे दे नाम तां दस्सिया ने नहीं हजे तां नहीं दस्सिया फिर कोई चक्कर नहीं मेरा मतलब पहलों जड़े आया वो काम नबेड़ दिए बाद च वेख लांगे बाकी आहो चल ठीक है अभी साडू साहब लै लो कुछ इस दिन भजी चली इत ही आ पसंद है जी पसंद है अच्छा जी सानू दियो फिर इजाजत असी कनेडा जान तो पहला मंगनी करके जावांगे हां जी जिवें तुसी ठीक समझो जी चंगा जी चलिए फिर चलो ठीक है जी आजो जी आजो आओ आओ जी सत श्री अकाल जी सत श्री अकाल कर गल खड़ जा यार इते टोटे टोटे वड्डन दी गल करदे मैनू नहीं पता हुणे गल कर यार गल सुननी इहनां ने मेरी हक ते साले नूं कनेडा ते लगी आ जीजा जी लाता फड़े गए यार हाँ जी भाई पुछो इनू कौन आओ कौन है मुंडा माड़े काम वीरां दी रखड़ी दा भोरा भी चेता नहीं आया कौन ले रंग देखो सारिया दे वीरे मैं तो मजाक कर दी सी वैसे अखां बहुत सोहणियां सीगियां मुंडे दियां केड़े शहर तो सिगा कनेडा की इंग्लैंड जीजे तेनू किवें लग्या सोना है ना जचुगा मेरे नाल फिटे मूंह तेरे हो जे दे डरा की रखता डराई दिता सी मैंने निकिया बे निकिया या यार ले नहीं मैं सदके जावा मेरा पुत तो सौ गया बे भोलिया हाँ जी नाले ता मेरे पुत नु जगा के रोटी खवा दे नाले आप झुलस ली वाह जी वाह पुत खा ले मैं झुलसला हेलो की हेलो तू कर गल करनी है कि नहीं हां मनराज मैं करदा कुछ तू हौसला रख हौसले दा मैं चार पावा ओ ता कहंदा सी तेरे घर दे मेरे तो इंप्रेस ही बड़े मैं करदा पे कुछ हुन मुंह नहीं खोलदा मैं तो उड़जू कनेडा फिर झाकी ताठ हां कीनू हौसले दे जाना आ ले रोटी खा ले मनाली मैं भोले यार तैथों नहीं हुंदी वड्डी दी छोटी मैथों बड़ी छोटी होने हो रबड़ दिया कुटिया ने भी मैं खिंच के कर दूंगा जिदे मरवाया मैं तू मरवाएगा जा तो थोड़ी बुढ़ी मार दू गोली मार के जा फिर घर दे मार देंगे भोले ओए हाँ मैं लगता मेरे पितर रुस गए यार कौन रुस गए मैं ना कई दिन पहला यार चौड़ चौड़ चा मिर्जे रांझे उन्होंने गाला कड़ती सी यार मैं लगता ये बनाने पैणगे मैनू ओए वो तो कच्ची लस्सी नाली मन जाएंगे जे पा देंगे उन्होंने समाध से आ तेरी जौंदी जागती पितरी मननी औखी है ऐ तो ना कर यार कोई तो स्कीम ला दे यार मेरिया स्कीम तो सारिया फेल हो जाए ने थोड़े घर आके आज जो थोड़ी बुढ़ी वाला जैमर लग जाता भन दे जेड़े चार भांडे भन दे मरण वाला हो गया अगर पता नहीं कदों आऊगी तेनू बेबे वो आपां गड्डी दी ते गल ही नहीं कीती कुड़ी वाले नाल हां पुत गड्डी ते दवानी है तैनू भला गड्डी वाली कड़ी गल है सद अपने ओ झोला चुक नू बोले ओए ओ थल्ले मारी यार किवें याद कीता सी बेबे करी बेना याद करन तो जोतां वाला बाबा वे ना दाज बारे की विचार है हैं दाज
ਦਾਜ ਲੈਣਾ ਤਾਂ ਪਾਪ ਹੁੰਦਾ ਬੇਬੇ ਜਿੱਦਾਂ ਲੱਗਦਾ ਪਾਪ ਦਾ ਇਹਦੀ ਮਾਂ ਨਹੀਂ ਸੀ ਲੈ ਕੇ ਆਈ ਜਾਂ ਮੈਂ ਨਹੀਂ ਸੀ ਲੈ ਕੇ ਆਈ ਮੈਂ ਮੇਰੇ ਬਿਜੂ ਦੇ ਮੁੰਡੇ ਵਾਸਤੇ ਇੱਕ ਤਾਂ ਕੇ ਮੰਗਿਆ ਸੀ ਨਾਲੇ ਮੇਰਾ ਪੋਤਾ ਤਾਂ ਸੋਹਣਾ ਸੁਰੱਖਿਆ ਸਾਨੂੰ ਦੇਣੇ ਉਹਨਾਂ ਨੇ ਆਪਦੀ ਕੁੜੀ ਨੂੰ ਦੇਣੇ ਇਹ ਤਾਂ ਰੀਤ ਮੁੰਡਾ ਚਲੀ ਆਈ ਹੈ ਉਹ ਬੇਬੇ ਕੋਈ ਤੇਰੇ ਵਰਗੀ ਕੁੜੀ ਹੋਣੀ ਹੈ ਅਗਲਿਆਂ ਨੇ ਜਵਾਈ ਤੇ ਤਰਸ ਖਾ ਕੇ ਇਹ ਸੋਚ ਲਿਆ ਹੋਣਾ ਵੀ ਕੁੜੀ ਤਾਂ ਸਾਡੀ ਜਾਈ ਜੀ ਹੈਗੀ ਹੈਗੀ ਘੱਟ ਤੋਂ ਘੱਟ ਚੱਜ ਦਾ ਸਮਾਨ ਤਾਂ ਦੇ ਦਈਏ ਇੱਥੇ ਰੀਤੀ ਰਿਵਾਜ ਬਣ ਗਏ ਹੋਣੇ ਮਸਤੀ ਨਾ ਕਰ ਮਿੰਟ ਚ ਲੱਦ ਕੇ ਛੱਡ ਦੂੰ ਤੈਨੂੰ ਮਖਿਆ ਤੇਰੇ ਕੜੇ ਵਾਸਤੇ ਕਹਿ ਦਿਆਂ ਨਾ ਮੈਂ ਕੜਾ ਕੀ ਕਰਨਾ ਤੂੰ ਨਾ ਜਿਉਂਦੇ ਜੀ ਮੇਰੀ ਹਾਂ ਛਾਮ ਲਾਈ ਚੱਲ ਤੂੰ ਨਾ ਲਈ ਮੈਂ ਬਣਾ ਕੇ ਕਾਂਟੇ ਬਣਾ ਲੂੰਗੀ ਮੈਂ ਕਹਿੰਦਾ ਬਣਾ ਕੇ ਸੱਗੀ ਫੁੱਲ ਬਣਾ ਲਿਓ ਬੇਬੇ ਨਾਲੇ ਇਸ ਉਮਰ ਚ ਜਚੂਗਾ ਵੀ ਮੈਂ ਜੋ ਮਾਰੂ ਕਰਨਾ ਤੇ ਤੁਰਦਾ ਹੋ ਹਾਂ ਅਕਲ ਨਹੀਂ ਧੇਲੇ ਦੀ ਵਿਚੋਲਾ ਬਣ ਕੇ ਬਹਿ ਗਿਆ ਨਾ ਉਦੋਂ ਤਾਂ ਤੂੰ ਕਹਿੰਦਾ ਸੀ ਜਵਾਨੀ ਨਹੀਂ ਲੱਗਦੀ ਤੇ ਹੁਣ ਹਾਂਜੀ ਉਹ ਕਹਿੰਦੇ ਪੰਜੀਆਂ ਦਸੀਆਂ ਦੀ ਭਾਨ ਇਕੱਠੀ ਕਰਕੇ ਕੀ ਕਰਨਾ ਤੂੰ ਰੁਪਈਆਂ ਦੀ ਗੱਲ ਕਰਕੇ ਆ ਰੁਪਈਏ ਭਾਲ ਦਿਆ ਜੀ ਬਸ ਤਾਇਆ ਮੈਂ ਵਿਆਹ ਨਹੀਂ ਕਰਾਉਣਾ ਇਹਨਾਂ ਦਹੇਜ ਦੇ ਲਾਲਚੀਆਂ ਦੇ ਘਰ ਤਾਇਆ ਜੀ ਜੇ ਸੀਰਤ ਵਿਆਹ ਨਹੀਂ ਕਰਾਓਗੇ ਤਾਂ ਤੁਸੀਂ ਕੀ ਮੂੰਹ ਦਿਖਾਓਗੇ ਲੋਕਾਂ ਨੂੰ ਵੀਰੇ ਤੁਹਾਡੇ ਤਾਂ ਇੱਜ਼ਤ ਰੁੱਲ ਜੂਗੀ ਪਰ ਤੁਸੀਂ ਟੈਨਸ਼ਨ ਨਾ ਲਓ ਇਸ ਘਰ ਮੇਰਾ ਵਿਆਹ ਕਰ ਦੋ ਮੈਂ ਰੱਖੂੰਗੀ ਤੁਹਾਡੀ ਪੱਗ ਕਿਹਦੀ ਪੱਗ ਰੱਖੇਂਗੀ ਤੂੰ ਹੈ ਸਾਰੇ ਤਾਂ ਇਹ ਕੋਨੇ ਤੁਰੇ ਫਿਰਦੇ ਆ ਮੈਨੂੰ ਬੰਦੇ ਹਿਲਦੇ ਦੀਂਦੇ ਆ ਮੈਂ ਤੈਨੂੰ ਦੱਸਾਂ ਕੋਈ ਨਾ ਡੰਮਾਂਗੇ ਮੱਥਾ ਤੂੰ ਫੋਨ ਕਰਤੇ ਅੱਜ ਤੋਂ ਪੰਜਵੇਂ ਦਿਨ ਵਿਆਹ ਰੱਖ ਬਸ ਛੇਤੀ ਕੰਮ ਨਿਬੇੜ ਇੰਨੀ ਛੇਤੀ ਚਾਰ ਦਿਨ ਆਪਣੇ ਘਰੇ ਤਾਂ ਰੱਖ ਲੈਂਦੇ ਵਿਚਾਰੀਆਂ ਚਿੜੀਆਂ ਨੂੰ ਇੰਨਾ ਪੱਥਰ ਦਿਲ ਕਿਉਂ ਹੋ ਗਿਆ ਮੇਰਾ ਬਾਬਲਾ ਓਏ ਤੂੰ ਫੋਨ ਕਰ ਲੱਗਾ ਕੀਰਨੇ ਪਾਉਣ ਆ ਗਿਆ ਭੋਲੇ ਦਾ ਫੋਨ ਮੈਨੂੰ ਲੱਗਦਾ ਦੇ ਦਿੱਤਾ ਜਵਾਬ ਉਹਨਾਂ ਨੇ ਆ ਕਰੋ ਗੱਲ ਆ ਬਾਪੂ ਨੂੰ ਭਾਬੀ ਬਾਅਦ ਚ ਬਣਾ ਲਿਓ ਮੈਂ ਤੋਂ ਨੀ ਕਰਾ ਹੁੰਦੀ ਬੇਇੱਜ਼ਤੀ ਹੈਲੋ ਸਤਿ ਸ੍ਰੀ ਅਕਾਲ ਹਾਂ ਬੋਲ ਮੇਜਰ ਸਿੰਘ ਬੋਲ ਰਿਹਾ ਮੈਂ ਅੱਛਾ ਅੱਛਾ ਇੱਕ ਮਿੰਟ ਬੀਬੀ ਪੰਜਾਂ ਦਿਨਾਂ ਬਾਅਦ ਵਿਆਹ ਕਹਿੰਦੇ ਆ ਲੈ ਚੋਪੜੀਆਂ ਵੀ ਪੁੱਛ ਪੁੱਛ ਕਹਿ ਦੇ ਉਹਨਾਂ ਨੂੰ ਸਾਡੀ ਹਾਂ ਬੇਬੇ ਬੇਬੇ ਇੰਨੀ ਛੇਤੀ ਤੂੰ ਰੋਟੀ ਨਹੀਂ ਚੋਪੜਦੀ ਜਿੰਨੀ ਛੇਤੀ ਮੈਨੂੰ ਚੋਪੜਦਾ ਬੇ ਛੇਤੀ ਨੂੰ ਕੀ ਹੈ ਆਪਾਂ ਮੁੰਡੇ ਵਾਲੇ ਆ ਆਪਾਂ ਕੀ ਕਰਨਾ ਗੱਲ ਸੁਣ ਘੁੱਟਵੀ ਜੀ ਪਜਾਮੀ ਪਾ ਕੇ ਤੈਨੂੰ ਲੈ ਚੱਲਾਂਗੇ ਉੱਥੇ ਨੱਚ ਟੱਪ ਕੇ ਕੁੜੀ ਨੂੰ ਘਰੇ ਲੈ ਆਵਾਂਗੇ ਹੱਥ ਨੂੰ ਦੇਖ ਪੁੱਤ ਬੁੜਿਆਂ ਨੂੰ ਵੀ ਵਿਆਹ ਦਿਖਾਉਣਾ ਚਾਹੀਦਾ ਇਹਦਾ ਕੀ ਹੈ ਕਦੋਂ ਮਰ ਜੇ ਨਾ ਮੈਨੂੰ ਕੀ ਹੋਣ ਲੱਗਿਆ ਹੋਰ ਤੂੰ ਮੰਜੇ ਦੀ ਬਾਈ ਫੜ ਕੇ ਬੈਠਾ ਰਹੇਗਾ ਕਦੇ ਤਾਂ ਸੱਚੇ ਪਾਤਸ਼ਾਹ ਮੇਰੇ ਸੁਣੂਗਾ ਹੀ ਸ਼ਰਤ ਲਾ ਲੈ ਐਤਕੀ ਗਰਮੀਆਂ ਤੂੰ ਨਹੀਂ ਕੱਟਦਾ ਬੀਬੀ ਮੈਂ ਵਿਆਹ ਤੇ ਹਾਂ ਕਰਤੀ ਚੰਗਾ ਪੁੱਤ ਕਦੇ ਕੁਛ ਅੱਜ ਦਾ ਕੰਮ ਨਾ ਕਰੀ ਬਾਪੂ ਬੀਬੀ ਜੇ ਤੂੰ ਆਖੇ ਤਾਂ ਮੈਂ ਨਵੀਂ ਪੈਂਟ ਸ਼ਰਟ ਸਵਾ ਲਾ ਆਪਣੇ ਵਾਸਤੇ ਲੈ ਤੂੰ ਕੀ ਕਰਨਾ ਤੇਰੇ ਵਿਆਹ ਵਾਲਾ ਹੈਗਾ ਤਾਂ ਹੈ ਠੀਕ ਹੈ ਬੀਬੀ ਤੂੰ ਦੱਸ ਪੁੱਤ ਤੂੰ ਕਿਹੜੀ ਕਾਰ ਲੈਣੀ ਹੈ ਚਾਰ ਛੱਲਿਆਂ ਵਾਲੀ ਕਾਰ ਦਵਾ ਦਿਆਂ ਤੈਨੂੰ ਮੈਂ ਨਹੀਂ ਲੈਣੀ ਇਹਨੂੰ ਲੈ ਦੇ ਵਾਕਰ ਪਾਗਲ ਕੀ ਹੈ ਮੈਂ ਤੈਨੂੰ ਵਿਆਹ ਤੁੜਵਾਉਣ ਵਾਸਤੇ ਕਿਹਾ ਸੀ ਵਿਆਹ ਦੀ ਤਰੀਕ ਬਣਾਉਣ ਵਾਸਤੇ ਨਹੀਂ ਨਾਲੇ ਜਾਨ ਕੱਢ ਦੂੰ ਮੈਂ ਤੇਰੀ ਜੇ ਮੇਰੇ ਘਰੇ ਬਰਾਤ ਲੈ ਕੇ ਆ ਗਿਆ ਤਾਂ ਚੱਲ ਕੋਈ ਨਾ ਮੈਂ ਵੀ 5.25 ਲੱਖ ਰੁਪਏ ਮੰਗੂੰਗੀ ਰੀਬਨ ਕਟਾਈ ਦਾ ਤੇਰੇ ਹੀ ਸਾਹਮਣੇ ਬਾਹਰ ਜਾਊਂਗੀ ਨਾ ਤੈਨੂੰ ਉਹ ਬਾਹਰ ਵਾਲੇ ਨਾਲ ਜੱਫੀਆਂ ਪਾ ਪਾ ਕੇ ਸੈਲਫੀਆਂ ਸੈਂਡ ਕੀਤੀਆਂ ਨਾ ਤਾਂ ਮੈਨੂੰ ਵੀ ਤੂੰ ਕੀ ਜਾਣੇਗਾ ਕਿਉਂ ਜੀਜਾ ਜੀ ਕਿੱਡੀ ਅੱਗ ਲੱਗੀ ਤੈਨੂੰ ਬਾਹਰ ਜਾਣ ਦੀ ਹੈ
ਉੱਥੇ ਵੀ ਜਦੋਂ ਚੈਰੀਆਂ ਨੂੰ ਬੇਰ ਕਹਿ ਕੇ ਤੋੜਨਾ ਪੈਣਾ ਤੈਨੂੰ ਮੇਰੀ ਯਾਦ ਆਉਣੀ ਆ। ਤੂੰ ਫਿਕਰ ਨਾ ਕਰ ਯਾਰ, ਮੈਂ ਸੱਚੀ ਕਰਦਾ ਕੁਛ। ਨਾਲੇ ਪਤਾ ਕੱਲ੍ਹ ਜਦੋਂ ਮੈਂ ਮੋਟਰ 'ਤੇ ਪਾਣੀ ਲੈ ਜਾਂਦਾ ਸੀ ਅਤੇ ਮੈਨੂੰ ਤੇਰੀ ਯਾਦ ਆਈ ਅਤੇ ਮੇਰੇ ਪੈਰ 'ਤੇ ਕਈ ਵੱਜ ਗਈ ਪਤਾ। ਬਸ ਕਰ, ਬਹੁਤੇ ਡਰਾਮੇ ਨਾ ਕਰ। ਡਰ ਨਹੀਂ ਲੱਗਦਾ ਤੈਨੂੰ? ਕੱਲ੍ਹ ਨੂੰ ਬਥੇਰਾ ਲੱਗਦਾ। ਪਰ ਜਦੋਂ ਤੇਰੇ ਕੋਲ ਆ ਜਾਣਾ ਫੇਰ ਨਹੀਂ ਲੱਗਦਾ। ਇਹੋ ਜਿਹੀਆਂ ਮਿੱਠੀਆਂ ਨਾ ਘਰਦਿਆਂ ਦੇ ਨਾਲ ਵੀ ਮਾਰ ਲਿਆ ਕਰ। ਦੱਸਣ ਨੂੰ ਤਾਂ ਮੈਂ ਵੀ ਦੱਸ ਦੇਵਾਂ ਘਰੇ, ਪਰ ਕੀ ਇੱਜ਼ਤ ਰਹਿ ਜੂ ਤੇਰੀ, ਗੱਲ ਹੋਰ ਵਿਗੜ ਜਾਣੀ ਆ। ਉਹ ਤੂੰ ਮੇਰੀ ਬੀਬੇ ਵਰਗੇ ਮੂੰਹ ਕੇ ਬਣਾਈ ਜਾਂਦੀ ਆ। ਹੁਣ ਮੈਂ ਕਰਦਾ ਗੱਲ ਆ ਯਾਰ ਪਾਰ।